ਇੱਕ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੀ ਸ਼ੁਭਕਰਨ ਸਿੰਘ ਦੀ ਮੌਤ ਹੋਈ ਆ ਉਸ ਦੇ ਵਿੱਚ ਹੁਣ ਪੁਲਿਸ ਪੰਜਾਬ ਦੀ ਨੇ ਇੱਕ FIR ਨੰਬਰ 41 ਡੇਟਡ 20/2/24 ਜਿਹੜੀ ਹੈਗੀ ਆ ਦਰਜ ਕੀਤੀ ਆ ਅੰਡਰ ਸੈਕਸ਼ਨ 302 ਤੇ 114 IPC ਔਰ ਇਹਦੇ ਵਿੱਚ ਬੜਾ ਇੰਟਰਸਟਿੰਗ ਜਿਹੜੀ ਗੱਲ ਹੈਗੀ ਆ PS ਪਾਤੜਾ ਜਿਹੜੀ ਇੰਟਰਸਟਿੰਗ ਗੱਲ ਇਹ ਹੈਗੀ ਹੈ ਕਿ ਇਹ FIR ਦਰਜ ਕੀਤੀ ਗਈ ਆ ਅਨਨੋਨ ਬੰਦਿਆਂ ਦੇ ਖਿਲਾਫ ਜਦੋਂ ਕਿ ਇਹਦੇ ਵਿੱਚ ਜਿਹੜੀ FIR ਦਰਜ ਕਰਾਈ ਗਈ ਹੈ ਉਹ ਚਰਨਜੀਤ ਸਿੰਘ ਪੁੱਤਰ ਹਿੰਮਤ ਸਿੰਘ ਵੱਲੋਂ ਦਰਜ ਕਰਾਈ ਗਈ ਹੈ ਔਰ ਉਸ ਵਿਅਕਤੀ ਨੇ ਜਿਹੜਾ ਹੈਗਾ ਉਸ ਦੇ ਵਿੱਚ ਜੋ ਉੱਥੇ ਵਕੂਆ ਹੋਇਆ ਉਸ ਦੇ ਬਾਰੇ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਨੂੰ ਆਪਣਾ ਬਿਆਨ ਲਿਖਾਇਆ ਔਰ ਪੁਲਿਸ ਦਾ ਬਿਆਨ ਕਿ ਕਿਹੜੀ ਥਾਂ ਦੇ ਉੱਤੇ ਗੋਲੀ ਜਿਹੜੀ ਹੈਗੀ ਆ ਉਹਦੀ ਮੌਤ ਹੁੰਦੀ ਹੈਗੀ ਹੈ ਕਿਹੜੀ ਥਾਂ ਦੇ ਉੱਤੇ ਜਿਹੜੇ ਹੈਗੇ ਉਹਦੇ ਨਾਲ ਬੁਲਟ ਇੰਜਰੀ ਹੁੰਦੀ ਹੈ ਕਿਹੜੇ ਪਾਸਿਓਂ ਕੌਣ ਬੰਦੇ ਜਿਹੜੇ ਹੈਗੇ ਬੁਲਟ ਇੰਜਰੀ ਕਰਨ ਵਾਲੇ ਹੈਗੇ ਆ ਹੁਣ ਇੱਥੇ ਕੁਐਸਚਨ ਜਿਹੜਾ ਹੈਗਾ ਮੇਰਾ ਪਹਿਲਾ ਕੁਐਸਚਨ ਇੱਥੇ ਤੋਂ ਸ਼ੁਰੂ ਹੁੰਦਾ ਹੈਗਾ ਕਿ ਜਦੋਂ ਬਹਿਬਲ ਕਲਾਂ ਔਰ ਬਰਗਾੜੀ ਦੇ ਵਿੱਚ FIR ਦਰਜ ਕੀਤੀ ਗਈ ਸੀ ਪੁਲਿਸ ਦੇ ਅਣਪਛਾਤੀ ਪੁਲਿਸ ਦੇ ਖਿਲਾਫ ਉਸ ਟਾਈਮ ਦੇ ਉੱਤੇ ਕੁਐਸਚਨ ਬੜੇ ਖੜੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਜੀ ਅਣਪਛਾਤੀ ਕਦੇ ਪੁਲਿਸ ਵੀ ਹੋਇਆ ਕਰਦੀ ਹੈ ਮੈਂ ਹੁਣ ਪੁੱਛਦਾ ਕਿ ਹੁਣ ਅਣਪਛਾਤੀ ਜਿਹੜੇ ਹੈਗੇ ਆ ਵਿਅਕਤੀ ਕਿਵੇਂ ਬਣ ਗਏ ਇਸ ਦੇ ਵਿੱਚ ਮੈਂ ਪੁੱਛਦਾ ਇਹ ਵੀ ਨਾਲ ਕੁਐਸਚਨ ਕਰਦਾ ਹੈਗਾ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈਗਾ ਇਸ ਲਈ ਜ਼ਿੰਮੇਵਾਰੀ ਠਹਿਰਾਇਆ ਗਿਆ ਸੀ ਕਿ ਉਹਨਾਂ ਵੱਲੋਂ ਜਿਹੜਾ ਹੈਗਾ ਹੁਕਮ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਅੱਜ ਜਿਹੜੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਔਰ ਸਾਰੀਆਂ ਪੋਲੀਟੀਕਲ ਜਥੇਬੰਦੀਆਂ ਇਹ ਰਿਕੁਐਸਟ ਕਰ ਰਹੀਆਂ ਹੈਗੀਆਂ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਉੱਤੇ ਹਰਿਆਣੇ ਦੇ ਮੁੱਖ ਮੰਤਰੀ ਉੱਤੇ ਔਰ ਜਿਹੜਾ ਹਰਿਆਣੇ ਦੇ DGP ਜਿਹੜਾ ਪੁਲਿਸ ਹੈਗਾ ਉਹਦੇ ਉੱਤੇ ਔਰ ਜਿਹੜੀਆਂ ਉੱਥੇ ਜਿਹੜੀਆਂ ਕੰਪਨੀਆਂ ਖੜਾਈਆਂ ਗਈਆਂ ਹੈਗੀਆਂ ਉਹਨਾਂ ਦੇ ਮੁਖੀਆਂ ਦੇ ਉੱਤੇ ਔਰ ਉਹ ਆਪਣੇ ਆਪ ਇਹ ਦੱਸਣਗੇ ਕਿਹੜੇ ਪੁਲਿਸ ਵਾਲੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਤਾਂ ਸਿਆਸਤ ਕਰਦੀ ਆਮ ਆਦਮੀ ਪਾਰਟੀ ਤਾਂ ਉਹ ਇਹ ਗੱਲਾਂ ਕਰਦੀ ਹੈ ਕਿ ਅਣਪਛਾਤੀ ਵੀ ਕਦੇ ਪੁਲਿਸ ਹੋਇਆ ਕਰਦੀ ਆ ਅੱਜ ਦੱਸਣ ਲੋਕਾਂ ਨੂੰ ਕਿ ਅਣਪਛਾਤਾ ਜਿਹੜਾ ਹੈਗਾ FIR ਕਿਵੇਂ ਦਰਜ ਹੋਇਆ ਕਰਦੀ ਹੈਗੀ ਹੈ ਸੋ ਸਿਆਸਤ ਕਰਕੇ ਜਿਹੜੀ ਇਹ ਪਾਰਟ ਆਈ ਹੈਗੀ ਹੈ ਇਹ ਕਿਸਾਨਾਂ ਦਾ ਕਾਣ ਕਰ ਰਹੀ ਹੈ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਇਹ ਦੂਸਰੇ ਪਾਸੇ ਜਿਹੜੇ ਹੈਗੇ ਆ ਸੈਂਟਰ ਦੇ ਨਾਲ ਰਲੇ ਪਏ ਆ ਹਰਿਆਣੇ ਦੀ ਪੁਲਿਸ ਹਰਿਆਣੇ ਦੇ ਜਿਹੜੇ ਅਨਿਲ ਵਿਜ ਜੀ ਹੈਗੇ ਉਹਨਾਂ ਦੇ ਨਾਲ ਰਲੇ ਪਏ ਹੈਗੇ ਆ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਦੇ ਨਾਲ ਰਲ ਕੇ ਜਿਹੜਾ ਹੈਗਾ ਇਹ ਕਿਸਾਨਾਂ ਦੇ ਉੱਤੇ ਤਸ਼ੱਦਦ ਢਾਇਆ ਗਿਆ ਹੈਗਾ ਕਿੰਨੇ ਕਿਸਾਨ ਹੁਣ ਤੱਕ ਜਿਹੜੇ ਸ਼ਹੀਦ ਹੋ ਚੁੱਕੇ ਹੈਗੇ ਆ ਔਰ ਸ਼ੁਭਕਰਨ ਦੀ ਮੌਤ ਪਿਛਲੇ ਟਾਈਮਾਂ ਦੇ ਵਿੱਚ ਜਿੰਨੇ ਸ਼ੁਭ ਹੋਏ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਜਿਹੜੀਆਂ ਚਾਹੇ ਸ਼ੁਭਦੀਪ ਸਿੱਧੂ ਮੂਸੇਵਾਲਾ ਦੀ ਗੱਲ ਕਰੀ ਜਾਵੇ ਹੁਣ ਸ਼ੁਭਦੀਪ ਸ਼ੁਭਕਰਨ ਦੀ ਗੱਲ ਕੀਤੀ ਜਾਵੇ ਇਹਨਾਂ ਨੇ ਸ਼ੁਭ ਸ਼ਬਦ ਹੈ ਜਿਹੜਾ ਉਹਨੂੰ ਅਸ਼ੁਭ ਬਣਾਇਆ ਪਿਆ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਯੰਗ ਮੁੰਡਿਆਂ ਦੀ ਜਿਹੜੀ ਹੈਗੀ ਆ ਮਤਲਬ ਉਹਨਾਂ ਦੇ ਖੂਨ ਦੇ ਨਾਲ ਹੋਲੀਆਂ ਖੇਡੀਆਂ ਜਾ ਰਹੀਆਂ ਅੱਜ ਭਗਵੰਤ ਮਾਨ ਸਾਹਿਬ ਕੁਛ ਮੂੰਹ ਤੋਂ ਬੋਲਣ ਦੱਸਣ ਕਿ ਉਹਨਾਂ ਨੇ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਲਈ ਕੀ ਕੀਤਾ ਔਰ ਜਿਹੜੀ MSP ਦੀ ਗੱਲ ਕਰਦੇ ਸੀ ਕਿ MSP ਜਿਹੜੀ ਹੈਗੀ ਆ ਕਿਸਾਨਾਂ ਦਾ ਹੱਕ ਬਣਦਾ ਜਾਂ ਨਹੀਂ ਬਣਦਾ ਇਹ ਵੀ ਦੱਸਣ ਠੀਕ ਹੈ